ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਆਪਣੇ YouTube ਚੈਨਲ ਤੇ Facebook ਪੇਜ ਉੱਪਰ ਅੱਜ ਵੀਡੀਓ ਲੈ ਕੇ ਆਇਆ ਜੀ ਪਟਿਆਲਾ ਸ਼ਹੀ ਪੱਗ ਦੀ ਵਿਦ ਬੇਸ ਵੀਡੀਓ ਸੋ ਜਿਹੜੇ ਵੀਰਾਂ ਦੇ ਕੇਸ ਭਾਰੀ ਨੇ ਸੋ ਉਹਨਾਂ ਲਈ ਤਾਂ ਬਹੁਤ ਵਧੀਆ ਆਪਸ਼ਨ ਆ ਤੁਸੀਂ ਆਪਣੇ ਕੇਸਾਂ ਨੂੰ ਐਸਾ ਜਿਹੜਾ ਬੇਸ ਯੂਜ਼ ਕਰੋ ਉਹ ਕਿੱਦਾਂ ਕਰਨਾ ਵੀਡੀਓ ਦੇ ਵਿੱਚ ਦੱਸਿਆ ਗਿਆ ਜਿਵੇਂ ਤੁਸੀਂ ਪੱਗ ਦੀ ਫਲਾਵਰ ਦੇ ਵਿੱਚ ਜਾਂ ਸੋਹਣੀ ਸ਼ੇਪ ਬਣਾਉਣ ਦੇ ਲਈ ਅਲੱਗ ਤੋਂ ਤੁਸੀਂ ਸਾਈਡ ਤੇ ਕਪੜਾ ਪਾਉਨੇ ਹੋ ਉਹਦੇ ਨਾਲ ਜਿਹੜੀ ਪੱਗ ਦੀ ਥੋੜੀ ਸੋਹਣੀ ਸ਼ੇਪ ਆਉਂਦੀ ਆ ਤੁਸੀਂ ਉਹੀ ਆਪਣਾ ਜਿਹੜਾ ਜੂڑا ਉਹਨ ਜਿਹੜਾ ਕਿ ਸਾਈਡ ਤੇ ਕਰ ਲੈਣਾ ਤੇ ਤੁਹਾਨੂੰ ਅਲੱਗ ਤੋਂ ਕੱਪੜਾ ਪਾਉਣ ਦੀ ਵੀ ਲੋੜ ਨਹੀਂ ਪੈਣੀ ਤੇ ਤੁਹਾਨੂੰ ਜਿਹੜੇ ਕੇਸ ਨੇ ਉਹਨਾਂ ਨੂੰ ਖੋਲ ਕੇ ਬੰਨਣ ਦੀ ਵੀ ਲੋੜ ਨਹੀਂ ਪੈਣੀ ਸੋ ਬਹੁਤ ਵੀਰ ਕਹਿੰਦਾ ਕਿ ਅਸੀਂ ਜੂੜੇ ਤੇ ਪੱਗ ਬੰਨਣੀ ਚਾਹੁੰਦੇ ਆ ਤੇ ਇਹ ਬਹੁਤ ਵਧੀਆ ਆਪਸ਼ਨ ਆ ਤੇ ਉਹਦੇ ਉੱਪਰ ਇੱਕ ਕੱਪੜੇ ਦਾ ਮੈਂ ਯੂਜ਼ ਕੀਤਾ ਇਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਅਗਰ ਤੁਸੀਂ ਥੱਲੇ ਕਪੜਾ ਨਹੀਂ ਮੰਨਦੇ ਹੈਗੇ ਕੋਈ ਛੋਟਾ ਮਤਲਬ ਪਟਕਾ ਵਗੈਰਾ ਯੂਜ਼ ਕਰਦੇ ਤੁਸੀਂ ਸਿੰਪਲ ਪਟਕਾ ਬਣ ਸਕਦੇ ਹੋ ਅਗਰ ਥੱਲੇ ਕੇਸ ਕੀ ਵਾਂਗੂ ਕਪੜਾ ਲਪੇਟਦੇ ਹੋ ਤਾਂ ਇਹ ਵਾਲਾ ਜਿਹੜਾ ਕਪੜਾ ਇਹਦੀ ਲੈਂਥ ਹੈਗੀ ਹੈ 1.5 ਮੀਟਰ ਤੇ ਇਹਦੀ ਜਿਹੜੀ ਚੌੜਾਈ ਹੈ ਤੁਸੀਂ ਵੀਡੀਓ ਦੇ ਜਦੋਂ ਮੈਂ ਸ਼ੁਰੂ ਕੀਤਾ ਬਣਾਣਾ ਦਿਖਾਇਆ ਇਹ ਹਾਫ ਕੀਤੀ ਹੋਈ ਹੈ ਸੈਂਟਰ ਚ ਕੱਟ ਕੇ ਲੰਬੇ ਲੋਟ ਨੂੰ 1.5 ਮੀਟਰ ਕਪੜਾ ਲੈ ਕੇ ਉਹਨੂੰ ਸੈਂਟਰ ਚੋਂ ਕੱਟ ਲੈਣਾ ਲੰਬਾਈ ਵਾਲੇ ਪਾਸੇ ਵੱਲੋਂ ਸੋ 1.5 ਮੀਟਰ ਤੇ ਆਪਣੇ ਕੋਲ ਦੋ ਲੈਂਥ ਆ ਜਾਣਗੀਆਂ ਕਹਿਣ ਤੋਂ ਬਾਅਦ ਉਹਦੀ ਚੜਾਈ ਹਾਫ ਕਰ ਦੇਣੀ ਆ ਕਿਉਂਕਿ ਅਗਰ ਆਪਾਂ ਸਿੰਪਲ 1.5 ਮੀਟਰ ਦਾ ਸਿੱਧਾ ਹੀ ਬਣਾਂਗੇ ਬਹੁਤ ਜ਼ਿਆਦਾ ਭਾਰੀ ਹੋ ਜਾਂਦਾ ਸੋ ਆਪਣੀ ਜਿਹੜੀ ਸ਼ੇਪ ਵੀ ਬਹੁਤ ਜ਼ਿਆਦਾ ਵੱਡੀ ਹੋ ਜਾਊਗੀ ਤੋ ਇਸ ਕਰਕੇ ਉਹਨੂੰ ਸੈਂਟਰ ਚ ਉਹ ਕੀਤਾ ਤੇ ਇਹ ਕੱਪੜੇ ਨਾਲ ਕੀ ਹੁੰਦਾ ਜਿਹੜਾ ਆਪਣਾ بیس ਜਿਹੜਾ ਅਪਾ ਜੂਰਾਸਾਈਡ ਤੇ ਕਰਨਾ ਤਾਂ ਉਹ ਹਿਲਦਾ ਤੇ ਇੱਕ ਫਲਾਵਟਲੀ ਵੀ ਹੋਰ ਜਿਹੜੀ ਆ ਅੱਗ ਦੀ ਸ਼ੇਪ ਸੋਹਣੀ ਬਣ ਜਾਂਦੀ ਆ ਸੋ ਉਹਦੇ ਉੱਪਰ ਤੁਸੀਂ 50 ਬਣਨੀ ਆ ਇੱਕ ਛੋਟੀ ਜਿਹੀ ਟ੍ਰਿਕ ਇੱਥੇ ਤੁਹਾਨੂੰ ਹੋਰ ਦੱਸਦਾ ਬਹੁਤ ਵੀਰ ਕਹਿੰਦੇ ਆ ਕਿ 50 ਬਾਰੇ ਕੋਈ ਸੁਜੈਸ਼ਨ ਦੋ ਬੋ ਜਿੱਦਾਂ ਹੁਣ ਮੈਂ ਥੱਲੇ ਬਲੈਕ ਟੀ-ਸ਼ਰਟ ਪਾਈ ਆ ਤੇ ਉਹਦੇ ਨਾਲ ਮੈਂ ਬਲੈਕ 50 ਆਪਦੀ ਜਿਹੜੀ ਆ ਬਾਨੀ ਆ ਤੇ ਭਾਗ ਦਾ ਤੁਸੀਂ ਜਿਹੜਾ ਤੁਸੀਂ ਕੰਟਰਾਸਟ ਬਣਾ ਸਕਦੇ ਹੋ 50 ਦੀ ਸ਼ਰਟ ਨਾਲ ਮੈਚਿੰਗ ਕਰਨ ਲਈ ਟੀ-ਸ਼ਰਟ ਪਾਈ ਆ ਉਹਦੇ ਨਾਲ ਤੁਸੀਂ ਮੈਚ ਕਰਕੇ ਜੜੀਆਂ ਬਣ ਸਕਦੇ ਹੋ ਤੇ ਹੁਣ ਜਿਹੜੀ ਪੱਗ ਲਈ ਕੀ ਆ ਜੀ ਰੂਪੀਏ ਵਾਲਾ ਦਾ ਕੱਪੜਾ 7.5 ਮੀਟਰ ਦੀ ਲੈਂਥ ਆ ਸੋ ਦੇਖੋ ਸਾਰੀ ਜਿਹੜੀ ਗੱਲਾਂ ਨਾਲ-ਨਾਲ ਬੋਲ ਕੇ ਦੱਸੂੰਗਾ ਤੁਸੀਂ ਸਾਰੀਆਂ ਧਿਆਨ ਨਾਲ ਸੁਣਨੀਆਂ ਤੇ ਨਾਲ ਦੇਖਣਾ ਕਿਹੜੀ-ਕਿਹੜੀ ਚੀਜ਼ਾਂ ਨੇ ਜਿਹਦੇ ਨਾਲ ਪੱਗ ਜੇ ਸਫਾਈ ਜ਼ਿਆਦਾ ਆਉਂਦੀ ਆ ਸੋ ਜਦੋਂ ਪਹਿਲਾ ਲੜ ਲਾਉਣਾ ਦੇਖੋ ਪਹਿਲਾਂ ਉਹਨੂੰ ਉੱਪਰਲੇ ਪਾਸਿਓਂ ਜਿੱਥੋਂ ਸਟਾਰਟਿੰਗ ਤੋਂ ਲਾਇਆ ਉਹਨੂੰ ਖਿੱਚ ਕੇ ਅੰਦਰ ਨੂੰ ਫੋਲਡ ਕੀਤਾ ਇਹਦੇ ਨਾਲ ਇੱਕ ਤਾਂ ਲੜ ਡਬਲ ਹੋ ਗਿਆ ਦੂਸਰੇ ਨੰਬਰ ਤੇ ਜਿਹੜਾ ਲੜਾ ਇਹਦੇ ਚ ਸਭਾਈ ਜ਼ਿਆਦਾ ਆ ਗਈ ਜਦੋਂ ਫੋਲਡ ਕਰਦੇ ਆ ਡਬਲ ਲੜ ਹੋ ਜਾਂਦਾ ਲੜ ਮੋਟਾ ਹੋ ਜਾਂਦਾ ਤੇ ਅੱਖ ਤੋਂ ਖਿਸਕਦਾ ਨਹੀਂ ਆਈ ਬਰੋ ਪੂਰੀ ਕਵਰ ਕਰਕੇ ਅੱਧੀ ਜਿਹੜੀ ਅੱਖ ਤੇ ਅੱਧੀ ਗੱਲ ਟਾ ਕੇ ਲੜ ਆਪਾਂ ਲਾ ਦੇਣਾ ਅਗਲਾ ਲੜ ਜਿਹੜਾ ਆਪਾਂ ਪਹਿਲਾ ਲੜ ਲਾਇਆ ਸੀ ਸਾਰਿਆਂ ਨੂੰ ਬਿਲਕੁਲ ਉਹਦੇ ਉੱਪਰ ਲੜ ਨੂੰ ਲੈ ਜਾਣਾ ਇਹਨੂੰ ਜ਼ਿਆਦਾ ਨਹੀਂ ਖੋਲਣਾ ਪਹਿਲੇ ਲੜ ਨੂੰ ਕੰਨ ਤੋਂ ਉੱਪਰ ਹੀ ਰਹੇ ਤਾਂ ਚੰਗਾ ਤੇ ਅੱਗੇ ਲਿਆ ਕੇ ਹੁਣ ਇਹਨੂੰ ਲਾਉਣਾ ਕਿੱਦਾਂ ਇੱਕ ਵਾਰ ਅੰਗੂਠੇ ਨਾਲ ਸਿੰਪਲ ਇਹਨੂੰ ਮੋੜ ਕੇ ਰੱਖ ਲੈਣਾ ਉਸ ਤੋਂ ਬਾਅਦ ਲਾੜ ਨੂੰ ਖਿੱਚਣਾ ਖਿੱਚਣ ਤੋਂ ਬਾਅਦ ਜਿੰਨਾ ਆਪਣਾ ਲਾੜਾ ਜਿੱਥੇ ਤੱਕ ਫੜਿਆ ਉਹਨੂੰ ਪੂਰਾ ਇਹਨਾਂ ਹੱਥ ਫੇਰ ਕੇ ਉਹਦੇ ਉੱਪਰ ਪਲੇਨ ਕਰ ਲੈਣਾ ਤੇ ਉਸ ਤੋਂ ਬਾਅਦ ਦੂਸਰੀ ਵਾਰ ਉਂਗਲੀ ਤੇ ਅੰਗੂਠੇ ਨਾਲ ਇੱਕ ਵਾਰ ਦੁਬਾਰਾ ਮੋੜਨਾ ਜਿੰਨਾ ਲਾੜ ਦੇ ਉੱਤੇ ਆਪਾਂ ਹੱਥ ਫੇਰਾਂਗੇ ਪਲੇਨ ਉਹਨਾਂ ਨੂੰ ਪਲੇਨ ਹੋਊਗਾ ਤੇ ਉਹਨਾਂ ਵਿੱਚ ਸਫਾਈ ਜ਼ਿਆਦਾ ਆਊਗੀ ਇਹਨਾਂ ਨਾਲ ਦੀ ਨਾਲ ਜਿਹੜਾ ਲਾੜਾ ਆਪਾਂ ਉਹਨੂੰ ਸੈੱਟ ਕਰਦੇ ਜਣਾ ਹੁਣ ਅਗਲਾ ਲਾੜਾ ਦੇਖੋ ਪੂਣੀ ਦਾ ਜਿਹੜੇ ਖਲ ਦੇ ਪਾਸੇ ਆ ਪਤਲਾ ਪਾਸਾ ਥੱਲੇ ਉੱਪਰਲੇ ਪਾਸੇ ਉਹ ਜਿਹੜੇ ਲੜਦੇ ਉਹਨਾਂ ਨੂੰ ਚੰਗੀ ਤਰ੍ਹਾਂ ਉਂਗਲਾਂ ਨਾਲ ਮੋੜਨਾ ਇਹ ਸਟੈਪ ਤੁਸੀਂ ਸਕਿਪ ਨਹੀਂ ਕਰਨਾ ਬਹੁਤ ਵੀਰ ਕੀ ਕਰਦੇ ਆ ਲੜ ਇਦਾਂ ਹੀ ਰੱਖ ਕੇ ਤੇ ਅੱਗੋਂ ਮੋੜਨ ਲੱਗ ਜਾਂਦੇ ਆ ਸੋ ਉਹਦੇ ਨਾਲ ਇੱਕ ਤਾਂ ਉੱਪਰ ਵਾਲੇ ਲੜਾਂ ਦੇ ਵਿੱਚ ਸਫਾਈ ਨਹੀਂ ਆਉਂਦੀ ਪ੍ਰੋਪਰ ਸ਼ੇਪ ਨਹੀਂ ਬਣਦੀ ਸੋ ਇਹ ਚੀਜ਼ ਦਾ ਧਿਆਨ ਰੱਖੋ ਉੱਪਰਲਾ ਲੜ ਜਿੰਨਾ ਚਿਰ ਚੰਗੀ ਤਰ੍ਹਾਂ ਤੁਸੀਂ ਮੋੜਿਆ ਨਹੀਂ ਤੇ ਅੱਗੇ ਤੁਸੀਂ ਜਿਹੜਾ ਕਿ ਨੈਕਸਟ ਸਟੈਪ ਵੱਲ ਤੁਸੀਂ ਅੱਗੇ ਨਹੀਂ ਆਉਣਾ ਤੇ ਇੱਕ ਗੱਲ ਹੋਰ ਜਿਹੜੀ ਪੇਚਾਂ ਦੀ ਸਫਾਈ ਆ ਵੇਖੀ ਤਾਂ ਹੁਣ ਤੁਹਾਨੂੰ ਵੀਡੀਓ ਵਿੱਚ ਦਿਖਾ ਰਿਹਾ ਕਿ ਜਿਸ ਤਰੀਕੇ ਨਾਲ ਲੜ ਨੂੰ ਆਪਾਂ 모ੜਾਂਗੇ ਨਾਲ ਦੀ ਨਾਲ ਉਹਦੇ ਹੱਥ ਫੇਰਾਂਗੇ ਪ੍ਰੋਪਰ ਇੱਕ ਤਰ੍ਹਾਂ ਦੀ ਪ੍ਰੈਸ ਹੁੰਦੀ ਆ ਜਦੋਂ ਆਪਾਂ ਅਸੀਂ ਤੇ ਹੱਥ ਫੇਰਦੇ ਆ ਸਫਾਈ ਜ਼ਿਆਦਾ ਹੁੰਦੀ ਆ ਬਟ ਤੁਸੀਂ ਇੱਥੇ ਕੀ ਆ ਤੇ ਜਿਹੜਾ ਬਾਜ ਨਾਲ ਨਾਲ ਦੀ ਨਾਲ ਸਫਾਈ ਕਰ ਸਕਦੇ ਹੋ ਇਹਦੇ ਨਾਲ ਫਾਇਦਾ ਹੀ ਹੋਊਗਾ ਇੱਕ ਤਾਂ ਨਾਲ ਦੀ ਨਾਲ ਸਫਾਈ ਹੋ ਜੂਗੀ ਬਾਅਦ ਦੇ ਵਿੱਚ ਸਫਾਈ ਕਰਨ ਦੀ ਲੋੜ ਨਹੀਂ ਪੈਣੀ ਦੂਸਰਾ ਇਹਦੇ ਵਿੱਚ ਕੀ ਆ ਤੁਹਾਡਾ ਪੇਚਾਂ ਦਾ ਗੈਪ ਮੇਨਟੇਨ ਰਹੂਗਾ ਕਈ ਵਾਰ ਕੀ ਹੁੰਦਾ ਪੂਰੀ ਪੱਕ ਕੰਪਲੀਟ ਹੋਏ ਤੇ ਜੋ ਤੇ ਸਫਾਈ ਕਰਨ ਲੱਗਦੇ ਆ ਕਈ ਵਾਰ ਕੀ ਹੁੰਦਾ ਕਿ ਕਿਸੇ ਲੜ ਦੇ ਵਿੱਚ ਗੈਪ ਵੱਧ ਘੱਟ ਪੈ ਜਾਂਦਾ ਹਨਾ ਦੇਖਣ ਨੂੰ ਸੋਹਣਾ ਨਹੀਂ ਲੱਗਦਾ ਜਾਂ ਕੋਈ ਪੇਚ ਮੋਟਾ ਪਤਲਾ ਲੱਗ ਜਾਂਦਾ ਬਾਅਦ ਦੇ ਵਿੱਚੋਂ ਕੋਈ ਆਪਸ਼ਨ ਨਹੀਂ ਆਪਣੇ ਕੋ ਹਣਾ ਸੋ ਨਾਲ ਦੀ ਨਾਲ ਕਰਾਂਗੇ ਉਹ ਸਾਰੀ ਚੀਜ਼ ਜਦੋਂ ਆਪਾਂ ਬਾਜ ਜਾਗੇ ਤੇ ਸਫਾਈ ਦੇਖਿਓ ਜਿਹੜਾ ਆਪਾਂ ਨਾਲ ਦੀ ਨਾਲ ਬਾਜ ਫੇਰਦੇ ਆ ਉਹ ਚ ਜ਼ਿਆਦਾ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਓਵਰ ਆਲ ਸਾਰੀ ਪੱਗ ਕੰਪਲੀਟ ਕਰਕੇ ਬਾਜ ਫੇਰਦੇ ਆ ਅਗਰ ਆਪਾਂ 10 ਮਿੰਟ ਪੱਗ ਬੰਨਣ ਨੂੰ ਲਾਉਨੇ ਆ ਤਾਂ ਆਪਾਂ ਮਸਾਂ ਹੀ 40 50 ਸੈਕਿੰਡ ਜਿਹੜਾ ਟਾਈਮ ਬਾਜ ਫੇਰਨ ਨੂੰ ਦਿੰਨੇ ਆ ਓਵਰঅল ਜਦੋਂ ਆਪਾਂ ਕੱਲੇ ਕੱਲੇ ਲੜ ਤੇ ਬਾਜ ਫੇਰਾਂਗੇ ਸੋ ਟਾਈਮ ਵੀ ਆਪਣਾ ਬਾਜੂਗਾ 10-10 ਸਕਿੰਟ ਅਗਰ ਆਪਾਂ ਇੱਕ ਤੇ ਲਾਵਾਂਗੇ ਛੇ ਲਾਣਾ 1 ਮਿੰਟ ਤੋ ਉੱਤੇ ਆ ਸਫਾਈ ਜਿੰਨਾ ਸਮਝੋ ਜਵਾਜ ਆਪਾਂ ਜਿਆਦਾ ਫੇਰਾਂਗੇ ਜਿਆਦਾ ਸਫਾਈ ਆਊਗੀ ਅਗਲਾ ਲੜ ਫੇਰ ਹੋਈ ਤਰੀਕੇ ਨਾਲ ਸੈਂਟਰ ਤੋਂ ਜਿੰਨੇ ਵੀ ਪੇਚ ਤੁਸੀਂ ਮਤਲਬ ਕੱਢਣੇ ਆ ਉਹਨਾਂ ਦਾ ਗੈਪ ਮੇਨ ਚੀਜ਼ ਇਹੀ ਹੁੰਦੀ ਆ ਤੁਹਾਡੇ ਉੱਪਰਲੇ ਲੜਨੇ ਥੱਲੇ ਵਾਲੇ ਲੜਨੇ ਜਿੱਥੋਂ ਸੈਂਟਰ ਚੋਂ ਨਿਕਲ ਰਹੇ ਨੇ ਉੱਥੋਂ ਉਹਨਾਂ ਦਾ ਗੈਪ ਸਹੀ ਹੋਵੇ ਇੱਕੋ ਜਿਹਾ ਹੋਵੇ ਇਥੋਂ ਪੇਚ ਨਿਕਲ ਕੇ ਅੱਗੇ ਆਪਾਂ ਅੱਖ ਵਾਲੇ ਏਰੀਆ ਤੋਂ ਅੱਗੇ ਜਾ ਕੇ ਕੰਨ ਵਾਲੇ ਅੱਖ ਤੇ ਕੰਨ ਵਾਲੇ ਏਰੀਆ ਦੇ ਵਿਚਾਲੇ ਉੱਥੋਂ ਗੈਪ ਸਹੀ ਹੋਵੇ ਫਿਰ ਪਿੱਛੋਂ ਜਿਦਾ ਆਪਾਂ ਲੜ ਮੋੜਦੇ ਆ ਉੱਥੇ ਤੱਕ ਸਾਰੇ ਪੇਚਾਂ ਦਾ ਗੈਪ ਇੱਕੋ ਜਿਹਾ ਹੋਊਗਾ ਤੇ ਉਹਨਾਂ ਦੀ ਮਟਾਈ ਅਗਰ ਥੱਲੇ ਵਾਲੇ ਲੜ ਤੁਸੀਂ ਮੋٹے ਲਾ ਰਹੇ ਹੋ ਤਾਂ ਮੇਕ ਸ਼ੋਰ ਕਿ ਉੱਪਰ ਵਾਲ ਨੂੰ ਜਿਹੜੇ ਤੁਹਾਡੇ ਲੜ ਜਾਣਗੇ ਸਾਰੇ ਮੋٹے ਲਾਓ ਇਹ ਨਹੀਂ ਖਾਣਾ ਚਾਹੀਦਾ ਕਿ ਪਤਲੇ ਮੋٹے ਕਰਕੇ ਆਪਾਂ ਲੜ ਲਾਉਨੇ ਆ ਸੋ ਇਹ ਸਾਰੀਆਂ ਚੀਜ਼ਾਂ ਦਾ ਪਤਾ ਧਿਆਨ ਰੱਖਾਂਗੇ ਪੱਗ ਦੀ ਸ਼ੇਪ ਤੇ ਜਿਹੜੇ ਪੇਜ ਬਿਲਕੁਲ ਪਰਫੈਕਟ ਲੱਗਣਗੇ ਸੋ ਹੁਣ ਇਹਦੇ ਵਿੱਚ ਤੁਹਾਨੂੰ ਜਿਹੜਾ ਚੌਥਾ ਲੜਾ ਇਹਦੇ ਵਿੱਚ ਵੀ ਨਾਲ ਦੀ ਨਾਲ ਜਿਹੜਾ ਆਵਾਜ਼ ਫੇਰਿਆ ਇਸ ਤੋਂ ਬਾਅਦ ਫਿਰ ਆਪਣਾ ਜਿਹੜਾ ਅਗਲਾ ਲੜ ਹੈ ਉਹ ਪਲਾਉਣਾ ਮੋਟਾ ਪਾਸਾ ਪੋਣੀ ਦਾ ਸੇਮ ਉਸੇ ਤਰੀਕੇ ਨਾਲ ਬਿਲਕੁਲ ਆਪਾਂ ਲੜ ਨੂੰ ਉੱਪਰ ਲੈ ਜਾਣਾ ਥੱਲੇੋਂ ਅੱਖ ਤੱਕ ਲੜ ਨੂੰ ਪੂਰਾ ਖੋਲਣਾ ਤੇ ਉੱਪਰਲੇ ਪਾਸਿਓਂ ਜਿਹੜਾ ਲਾੜ ਨੂੰ ਆਪਾਂ ਉਂਗਲੀਆਂ ਨਾਲ ਚੰਗੀ ਤਰ੍ਹਾਂ ਮੋੜਨਾ ਫਰੰਟ ਤੋਂ ਬੈਕ ਤੇ ਬੈਕ ਤੋਂ ਫਰੰਟ ਦੋ ਵਾਰ ਇਹਨੂੰ ਤੁਸੀਂ ਮੋੜੋ ਸੋ ਦੇਖੋ ਜਦੋਂ ਮੋੜਦੇ ਆ ਉੱਪਰਲੇ ਤੁਹਾਨੂੰ ਪੇਜ ਵੀਡੀਓ 'ਚ ਨਜ਼ਰ ਆਉਂਦੇ ਆ ਕਿ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਸ਼ੇਪ ਵਧੀਆ ਹੁੰਦੀ ਆ ਇੱਕ ਵਾਰ ਜਦੋਂ ਲਾੜਾ ਆਪਾਂ ਸੈਂਟਰ 'ਚ ਲਿਆਂਦੇ ਇੱਕ ਔਰ ਅੰਗੂਠੇ ਨਾਲ ਲਾੜ ਨੂੰ ਮੋੜ ਕੇ ਰੱਖ ਦੇਣਾ ਦੁਆਰਾ ਨੂੰ ਖਿੱਚ ਕੇ ਸਫਾਈ ਕਰਨੀ ਆ ਜਿੱਥੇ ਤੱਕ ਲਾੜਾ ਆਪਣਾ ਫੜਿਆ ਹੋਇਆ ਉੱਥੇ ਤੱਕ ਪੂਰਾ ਲਾੜ ਖਿੱਚ ਲਿਆ ਕਰੋ ਫਿਰ ਦੂਰੀ ਵਾਰ ਵੀ ਲਾੜ ਮੋੜਨਾ ਫਿਰ ਉਹਨੂੰ ਜਦੋਂ ਆਪਾਂ ਮੋੜ ਕੇ ਸੈੱਟ ਕਰਦੇ ਜਿੱਤਕ ਲੜ ਫੜਿਆ ਉਹਨੂੰ ਦੁਬਾਰਾ ਸੈੱਟ ਕਰੋ ਉੱਪਰਲੇ ਪਾਸਿਆਂ ਇਸ ਤਰੀਕੇ ਨਾਲ ਲੜ ਨੂੰ ਮੋੜਿਆ ਕਰੋ ਬਹੁਤ ਵੀਰ ਕਹਿੰਦੇ ਆ ਕਿ ਜਿਹੜਾ ਉੱਪਰਲੇ ਪਾਸੇ ਉਹ ਨਾ ਪੇਚ ਦਬ ਜਾਂਦੇ ਆ ਜਾਂ ਸ਼ੇਪ ਉਧਰੋਂ ਢਲ ਜਾਂਦੀ ਆ ਜੇ ਕੱਪੜਾ ਪਾ ਲਨੇ ਉੱਥੇਕ ਸ਼ੇਪ ਸਹੀ ਰਹਿੰਦੀ ਆ ਫਿਰ ਅੱਗੋਂ ਡਿੱਗ ਜਾਂਦੀ ਆ ਉਹਦਾ ਕਾਰਨ ਇਹ ਆਪਾਂ ਇਧਰਲੀ ਸਾਈਡ ਜਿਹੜੀ ਆ ਇਹਨਾਂ ਨੂੰ ਆਪਾਂ ਉੱਪਰੋਂ ਲੜ ਮੋੜਦੇ ਨਹੀਂ ਸਿੰਪਲ ਆਪਾਂ ਸੈਂਟਰ ਚੋਂ ਲੜ ਮੋੜਿਆ ਦੇਖਿਆ ਵੀ ਸਫਾਈ ਆ ਗਈ ਜਾਂ ਬਲਾਂ ਲਈ ਬੰਦਿਆ ਜਾਂ ਬਲ ਪਾਏ ਐਵੇਂ ਲੜ ਰੱਖ ਦਿੰਨੇ ਆ ਸੋ ਜਿੱਥੇ ਬੇਸ ਹੁੰਦਾ ਜਾਂ ਥੱ ਉਦੋਂ ਅੱਗੇ ਸ਼ੇਪ ਨਹੀਂ ਖੜਦੀ ਸੋ ਇਹ ਚੀਜ਼ ਦਾ ਧਿਆਨ ਰੱਖੋ ਉੱਪਰਲੇ ਪਾਸਿਓਂ ਵੀ ਨਾਲ ਦੀ ਨਾਲ ਜਿਹੜੀ ਇਹ ਪੇਚਾਂ ਵਾਲੀ ਸਾਈਡ ਹੈ ਇਧਰੋਂ ਵੀ ਮੋੜਨਾ ਜ਼ਰੂਰੀ ਆ ਦੋਨਾਂ ਸਾਈਡਾਂ ਤੋਂ ਪ੍ਰੋਪਰ ਮੋੜੋਗੇ ਉਨੀਓ ਸ਼ੇਪ ਜ਼ਿਆਦਾ ਸੋਹਣੀ ਬਣੂਗੀ ਸੋ ਉੱਪਰਲੇ ਲੜਾਂ 'ਚ ਵੀ ਨਾਲ ਦੀ ਨਾਲ ਫੇਰ ਲਓ ਬਾਜ ਵਧੀਆ ਵੈਸੇ ਤਾਂ ਜਦੋਂ ਤੁਸੀਂ ਇਹਨਾਂ ਨੂੰ ਪ੍ਰੋਪਰ ਜਿਹੜੀ ਤੁਹਾਡੀ ਉਂਗਲੀਆਂ ਦੇ ਸਟੈਪ ਨੇ ਚੰਗੇ ਤਰੀਕੇ ਨਾਲ ਲੜਾਂ ਨੂੰ ਮੋੜੋਗੇ ਨਾਲ ਦੀ ਨਾਲ ਬਾਜ ਫੇਰਨ ਦੀ ਵੀ ਲੋੜ ਨਹੀਂ ਪਣੀ ਅਗਲਾ ਜਿਹੜਾ ਆਪਣਾ ਛੇਮਾ ਪੇਜ ਹੋਊਗਾ ਫੇਰ ਉਸੇ ਤਰੀਕੇ ਨਾਲ ਅੱਖ ਤੱਕ ਪੂਰਾ ਲੜ ਨੂੰ ਖੋਲ ਲਾਂਗੇ ਉੱਪਰਲੇ ਪਾਸਿਓਂ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਮੋੜ ਕੇ ਆਪਾਂ ਸੈੱਟ ਕਰ ਲੈਣਾ ਤੇ ਇੱਥੇ ਇੱਕ ਹੋਰ ਗੱਲ ਦੱਸ ਦਈ ਜਿਹੜੇ ਅੱਖ ਤੱਕ ਆਪਾਂ ਲੜ ਖੋਲਦੇ ਆ ਮੰਨ ਲਓ ਪਹਿਲਾ ਲੜ ਤਾਂ ਆਪਾਂ ਬਿਲਕੁਲ ਨਹੀਂ ਖੋਲਦੇ ਕੰਨ ਦੇ ਉੱਪਰ ਆ ਇਹਦਾ ਦੂਸਰਾ ਲੜ ਆਪਣੇ ਕੰਨ ਨੂੰ ਕਵਰ ਕਰਦਾ ਤੀਸਰਾ ਚੌਥਾ ਪੰਜਵਾਂ ਤਿੰਨ ਲੜ ਘਟੋ-ਘਟ ਹੋਣੇ ਚਾਹੀਦੇ ਨੇ ਆਪਣੇ ਅੱਖ ਤੱਕ ਹੌਲੇ ਹੋਏ ਉਹਦਾ ਆਪਾਂ ਨੂੰ ਫਾਇਦਾ ਇਹ ਹੋਊਗਾ ਇੱਕ ਤਾਂ ਜਦੋਂ ਆਪਾਂ ਲਾਸਟ ਲੜ ਲਾਵਾਂਗੇ ਉਹਦੇ ਵਿੱਚ ਬਲ ਨਹੀਂ ਪੈਣਗੇ ਢਿੱਲਾ ਨਹੀਂ ਹੋਊਗਾ ਕਿ ਇਹਦੇ ਜਿਵੇਂ ਆਪਾਂ ਪਹਿਲੇ ਲੜ ਨੂੰ ਖੜਾਉਣ ਵਾਸਤੇ ਨਾ ਥੱਲੇ ਆਪਾਂ ਉਹਨੂੰ ਡਬਲ ਕਰਦੇ ਆ ਮੋਟਾ ਉਸ ਕਰਕੇ ਲਾਸਟ ਲੜ ਦੇ ਥੱਲੇ ਵੀ ਦੋ ਤਿੰਨ ਲੜ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਸਹਾਰੇ ਉਹ ਲੜ ਆਪਣਾ ਖੜਾ ਰਹੇ ਕੋਈ ਸਮੇਂ ਬਾਅਦ ਕੀ ਹੁੰਦਾ ਕਿ ਲਾਸਟ ਲੜ ਥੱਲਿਆਂ ਵਾਲੀ ਸਾਈਡ ਤੋਂ ਪਹਿਲਾਂ ਤਾਂ ਜਦੋਂ ਲਾਉਨੇ ਸਹੀ ਹੁੰਦਾ ਟਾਈਟ ਵੀ ਹੁੰਦਾ ਪਲੇਨ ਵੀ ਹੁੰਦਾ ਥੋੜੇ ਸਮੇਂ ਬਾਅਦ ਉਹ ਢਿੱਲਾ ਹੋਣ ਲੱਗ ਜਾਂਦਾ ਉਹ ਜੇ ਬਲ ਪੈ ਜਾਂਦੇ ਆ ਉਹਦਾ ਕਾਰਨ ਇਹ ਹੀ ਹੁੰਦਾ ਜਿੱਥੇ ਤੱਕ ਤਾਂ ਉਹਦੇ ਥੱਲੇ ਲੜ ਹੁੰਦਾ ਉਦੋਂ ਤੱਕ ਸਹੀ ਰਹਿੰਦਾ ਜਦੋਂ ਆਪਾਂ ਲਾੜਾ ਆਪਣੇ ਅੱਖ ਤੋਂ ਉੱਤੇ ਹੁੰਦੇ ਆ ਲਾਸਟ ਲੜਾ ਪੱਖ ਤੱਕ ਖੋਲ ਕੇ ਤੇ ਉਹ ਲੜ ਆਪਣਾ ਫੇਖੇ ਖਿਸਕਣ ਲੱਗ ਜਾਂਦਾ ਸੋ ਇਹ ਦਾ ਕਾਰਨ ਸੋਲੂਸ਼ਨ ਵੀ ਨਾਲ ਹੀ ਤੁਹਾਨੂੰ ਦੱਸਿਆ ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਓ ਤੇ ਇਹ ਵਾਲਾ ਲੜ ਦੇ ਵਿੱਚ ਜ਼ਰੂਰ ਦੇਖਿਓ ਇਹ ਜਿਹੜਾ ਲੜ ਹੁੰਦਾ ਜਿਹੜਾ ਆਪਣਾ ਛੇਮਾ ਪੇਚ ਲਾਉਨੇ ਆ ਜਾਂ ਪੰਜ ਲੜੀ ਪੱਗ ਬਣ ਕੇ ਪੰਜਵਾਂ ਪੇਚ ਲਾਉਨੇ ਆ ਕਹਿਣ ਤੋਂ ਭਾਵ ਜਿਹੜਾ ਆਖਰੀ ਪੇਚ ਹੁੰਦਾ ਲਾਸਟ ਲੜ ਤੋਂ ਪਹਿਲਾਂ ਵਾਲਾ ਲੜ ਹੁੰਦਾ ਜਿਹੜਾ ਇਹਨੇ ਆਪਣੀ ਪੱਗ ਦੀ ਫਰੰਟ ਜਿਹੜੀ ਲੁੱਕ ਇਹਨੇ ਬਣਾਉਣੀ ਹੈ ਇਹ ਇਹਨੇ ਪੂਰੀ ਟੌਰ ਬਣਾਉਣੀ ਆ ਸੋ ਇਹਨੂੰ ਜਦੋਂ ਵੀ ਤੁਸੀਂ ਲਾਉਣਾ ਪ੍ਰੋਪਰ ਤਰੀਕੇ ਨਾਲ ਸਹੀ ਕਰਕੇ ਲਾਉਣਾ ਹੈਗਾ ਤੇ ਹੁਣ ਆਪਾਂ ਲਾਸਟ ਲੜ ਲਾਉਣ ਤੋਂ ਪਹਿਲਾਂ ਆਪਾਂ ਸਿਰ ਕਵਰ ਕਰਾਂਗੇ ਸੋ ਇਹਨੂੰ ਤੁਸੀਂ ਦੋਨੇ ਕੰਡੀਸ਼ਨ ਚ ਕਰ ਸਕਦੇ ਹੋ ਪਹਿਲਾਂ ਸਿਰ ਵੀ ਕਵਰ ਕਰ ਸਕਦੇ ਹੋ ਪਹਿਲਾਂ ਤੁਸੀਂ ਲਾਸਟ ਲੜ ਵੀ ਲਾ ਸਕਦੇ ਹੋ ਬਟ ਅੱਗੇ ਮੈਂ ਪਹਿਲਾਂ ਲਾਸਟ ਲੜ ਲਾਉਣਾ ਸਿਰ ਬਾਅਦ ਚ ਰੱਖਦਾ ਵਿੱਚ ਵੀਡੀਓ ਦੇ ਵਿੱਚ ਪਹਿਲੇ ਲੜ ਦੇ ਵਿੱਚ ਖੋਲ ਕੇ ਨਾਲ ਹੀ ਸਿਰ ਟਖਣਾ ਉਹ ਵੀ ਦੱਸਿਆ ਅਲੱਗ-ਅਲੱਗ ਤਰੀਕੇ ਆ ਸੋ ਅੱਜ ਆਪਾਂ ਐਕਸਪਲੇਨ ਕਰਾਂਗੇ ਪਹਿਲਾਂ ਸਿਰ ਕਵਰ ਵਾਲਾ ਇਹ ਵੀ ਕਾਫੀ ਵਧੀਆ ਤਰੀਕਾ ਕਿਉਂਕਿ ਆਰਾਮ ਦੇ ਨਾਲ ਆਪਾਂ ਲਾਸਟ ਲੜ ਲਾਉਣੇ ਆਂ ਕਈ ਵਾਰ ਕੀ ਹੁੰਦਾ ਸੈਟ ਕਰਨ ਵੇਲੇ ਥੋੜਾ ਬਹੁਤ ਲੜ ਨੂੰ ਜ਼ਿਆਦਾ ਜ਼ੋਰ ਨਾਲ ਖਿੱਚ ਦਾਨੇ ਆ ਲੜ ਛੋਟਾ ਹੋਵੇ ਹਿੱਲੇ ਜਾਂਦਾ ਲਾਸਟ ਲੜ ਸੋ ਜਦੋਂ ਤੁਸੀਂ ਸਿਰ ਕਵਰ ਕਰ ਲਿਆ ਉਸ ਤੋਂ ਬਾਅਦ ਜਿਹੜੇ ਤੁਹਾਡੇ ਉਪਰ ਲੜ ਨੇ ਉਹਨਾਂ ਦੇ ਵਿੱਚ ਪ੍ਰੋਪਰ ਬਾਜ ਫੇਰ ਕੇ ਜਿੱਥੇ ਤੁਹਾਨੂੰ ਲੱਗਦਾ ਕਿ ਬਾਜ ਫੇਰਨ ਨਾਲ ਉੱਥੇ ਉਹਦੀ ਸਫਾਈ ਕਰੋ ਲੜਾਂ ਨੂੰ ਦੇਖਣ ਲਈ ਤੁਸੀਂ ਡਬਲ ਸ਼ੀਸ਼ਾ ਯੂਜ਼ ਕਰਿਆ ਕਰੋ ਉਹਦੇ ਨਾਲ ਤੁਹਾਨੂੰ ਸਿਰ ਪਤਾ ਲੱਗੂਗੀ ਸਿਰ ਕਵਰ ਆ ਪ੍ਰੋਪਰ ਲੜਾਂ ਦਾ ਗੈਪ ਪੇਚਾਂ ਦੀ ਮਟਾਈ ਉਹ ਸਾਰੀ ਚੀਜ਼ ਆ ਪਤਾ ਜਿਹੜੀਆਂ ਲੱਗਣਗੀਆਂ ਵੈਸੇ ਪੇਚਾਂ ਦੇ ਵਿੱਚ ਬਾਜ ਫੇਰਨ ਦੀ ਜ਼ਰੂਰਤ ਹੈਣੀ ਜੀ ਕਿ ਅੱਟ ਇੱਕ ਫੇਰ ਵੀ ਆਪਾਂ ਇੱਕ ਲਾਸਟ ਟੱਚ ਜ਼ਰੂਰ ਦਵਾਂਗੇ ਸਾਰੇ ਪੇਚਾਂ ਨੂੰ ਤੇ ਵੀਡੀਓ ਦੇ ਲਾਸਟ ਦੇ ਵਿੱਚ ਦੱਸੂਗਾ ਕਿ ਇਹਨਾਂ ਨੂੰ ਆਪਾਂ ਜਿਹੜਾ 3D ਕਿਦਾਂ ਕਰਨਾ ਸੋ ਉਹ 3D ਦੇ ਨਾਲ ਕੀ ਆ ਹੋਰ ਜ਼ਿਆਦਾ ਸੋਹਣੇ ਲੱਗਦੇ ਆ ਆਪਣੇ ਪੇਚ ਤੇ ਜਿਵੇਂ ਪਹਿਲਾਂ ਪੇਚਾਂ ਦੀ ਗੱਲ ਕੀਤੀ ਸੀ ਕਿ ਪੇਚਾਂ ਦੀ ਮਟਾਈ ਇੱਕੋ ਜਿਹੀ ਹੋਵੇ ਪੇਚਾਂ ਦਾ ਗੈਪ ਇੱਕੋ ਜਿਹਾ ਹੋਵੇ ਉੱਪਰਲੇ ਲੜਾਂ ਦੀ ਮਟਾਈ ਇੱਕੋ ਜਿਹੀ ਹੋਵੇ ਉੱਪਰਲੇ ਜਿਹੜੇ ਲੜ ਨੇ ਉਹਨਾਂ ਦਾ ਗੈਪ ਤੇ ਸਫਾਈ ਹੋਵੇ ਪ੍ਰੋਪਰ ਤੇ ਪ੍ਰੋਪਰ ਸ਼ੇਪ ਹੋਵੇ ਪ੍ਰੋਪਰ ਸ਼ੇਪ ਕਿੱਦਾਂ ਬਣਨੀ ਆ ਇਹ ਸਾਰੀਆਂ ਚੀਜ਼ਾਂ ਜਿਹੜੇ ਆਪਾਂ ਆਪਣੀ ਹੱਥਾਂ ਦੀ ਪੋਜੀਸ਼ਨ ਆ ਕਿੱਥੋਂ ਲੜ ਕਿਦਾਂ ਮੋੜਨਾ ਕਿਹੜੀ ਚੀਜ਼ ਜਦੋਂ ਆਪਾਂ ਨਹੀਂ ਮੋੜਦੇ ਉਹ ਚੀਜ਼ਾਂ ਕਰਕੇ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਉਸ ਤੋਂ ਬਾਅਦ ਇੱਕ ਗੱਲ ਆਉਂਦੀ ਆ ਨੋਕ ਦੀ ਜਿਹੜੀ ਭਾਗ ਦੀ ਨੋਕ ਆ ਬਿਲਕੁਲ ਨੱਕ ਦੀ ਸ਼ੇਧ ਹੋਣੀ ਚਾਹੀਦੀ ਆ 50 ਜਿੱਥੇ 26 ਬਣਦੀ ਆ ਬਿਲਕੁਲ ਨੱਕ ਦੀ ਛੇਧ ਹੋਵੇ ਤੇ ਜਿਹੜਾ ਆਪਣਾ 50 ਦਾ ਸਾਈਜ਼ ਆ ਉਹ ਵੀ ਨਾ ਜ਼ਿਆਦਾ ਵੱਡਾ ਇੱਕ ਐਵਰੇਜ ਮੀਡੀਅਮ ਸਾਈਜ਼ ਰੱਖਣਾ ਨਾ ਜ਼ਿਆਦਾ ਛੋਟਾ ਜਿਹੜਾ ਹੁਣ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹ ਜਿਹੜਾ ਕਿ ਮੀਡੀਅਮ ਸਾਈਜ਼ ਆ ਇਸ ਤੋਂ ਥੋੜੀ ਛੋਟੀ ਵੀ ਕਰ ਸਕਦੇ ਬਟ ਇਸ ਤੋਂ ਜ਼ਿਆਦਾ ਵੱਡੀ 50 ਨਹੀਂ ਸੋਹਣੀ ਲੱਗੂਗੀ ਤੇ ਹੁਣ ਜਿਹੜਾ ਲਾਸਟ ਲੜ ਲਾਉਣਾ ਜੀ ਲੜ ਨੂੰ ਪਹਿਲਾਂ ਤਾਂ ਆਪਾਂ ਲਾਉਣ ਤੋਂ ਪਹਿਲਾਂ ਇੱਕ ਪੰਗ ਪੈਨ ਲਾਉਣਾ ਥੱਲੇ ਜਿੱਥੇ ਆਪਾਂ ਸੈਂਟਰ 'ਚ ਸਾਰੇ ਲੜ ਮੋੜੇ ਆ ਲਾਸਟ ਲੜ ਨੂੰ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰਕੇ ਥੱਲੇੋਂ ਉੱਪਰ ਨੂੰ ਤੇ ਉੱਪਰੋਂ ਥੱਲੇ ਨੂੰ ਜਿੱਦਾਂ ਆਪਾਂ ਪੋਣੀ ਕਰਦੇ ਆ ਉਹ ਇੱਥੇ ਆ ਕਿਉਂਕਿ ਪੋਣੀ ਖੁੱਲ ਜਾਂਦੀ ਹੈ ਨਾ ਉਹ ਜਦੋਂ ਆਪਾਂ ਸਟੈਪ ਕਰਦੇ ਆ ਇੱਕ ਤਰ੍ਹਾਂ ਦੀ ਪੋਣੀ ਹੋ ਜਾਂਦੀ ਹੈ ਲੜ ਦੀ ਤੇ ਉੱਪਰਲੇ ਪਾਸੇ ਬਾਜ ਫੇਰਨਾ ਚੰਗੀ ਤਰੀਕੇ ਨਾਲ ਤੇ ਉੱਪਰ ਜਿਹੜੇ ਬਲ ਪੈ ਜਾਂਦੇ ਉਹ ਵੀ ਸਾਫ਼ ਹੋ ਜਾਣਗੇ ਫਿਰ ਉਸ ਤੋਂ ਬਾਅਦ ਕੀ ਕਰਨਾ ਜਿੱਥੇ ਪੱਗ ਪੈ ਲਿਆ ਉਹਦੇ ਥੱਲੇ ਲੜ ਨੂੰ ਲੈ ਆਉਣਾ ਲੜ ਨੂੰ ਇਕੱਠਾ ਕਰਨਾ ਇਕੱਠਾ ਕਰਨ ਤੋਂ ਬਾਅਦ ਦੇਖੋ ਸੈਂਪਲ ਫੜਨਾ ਉਹਨੂੰ ਬਸ ਉਂਗਲੀ ਤੇ ਅੰਗੂਠਾ ਰੱਖ ਮਾ ਦੇਣਾ ਪਹਿਲਾ ਪੱਗ ਪੈਨ ਲਾਏ ਦਾ ਆਪਾਂ ਨੂੰ ਫਾਇਦਾ ਇਹੀ ਹੁੰਦਾ ਕਿ ਜਦੋਂ ਆਪਾਂ ਲੜ ਘਮਾਉਂਦੇ ਆ ਬਹੁਤ ਵੀਰਾਂ ਨੂੰ ਕਲਗੀ ਲੜ ਨਹੀਂ ਲੱਗਦਾ ਉਹ ਜਦੋਂ ਘਮਾਉਂਦੇ ਆ ਲੜ ਖੁੱਲ ਜਾਂਦਾ ਸਹੀ ਨਹੀਂ ਆਉਂਦਾ ਜਾਂ ਸ਼ੇਪ ਨਹੀਂ ਬਣਦੀ ਸੋ ਪਹਿਲਾਂ ਜਦੋਂ ਪੱਗ ਪੈਨ ਲਾ ਲੈਨੇ ਆ ਜਦੋਂ ਆਪਾਂ ਇੱਕ ਵਾਰੀ ਲੜ ਘਮਾਉਂਨੇ ਆ ਉਹ ਪੱਗ ਪੈਨ ਦੇ ਸਹਾਰੇ ਲੜ ਖੜ ਜਾਂਦਾ ਸੋ ਜਿਹੜਾ ਕਲਗੀ ਲੜ ਲਾਉਣ ਚ ਆਪਾਂ ਨੂੰ ਫੇਰ ਕੋਈ ਦਿੱਕਤ ਨਹੀਂ ਆਉਂਦੀ ਤੇ ਕਲਗੀ ਲੜ ਦੀ ਜਿਹੜੀ ਚੜਾਈ ਰੱਖਣੀ ਆ ਤੁਸੀਂ ਜਿਹੜੀ ਲਾਸਟ ਲੜ ਤੋਂ ਪਹਿਲਾਂ ਵਾਲਾ ਪੇਚ ਆ ਜਿਹੜੀ ਪੱਟੀ ਆ ਪੇਚ ਦੀ ਹੈ ਨਾ ਨੋਕ ਉਹਦੇ ਅਕੋਰਡਿੰਗ ਉਹਦੀ ਤੁਸੀਂ ਚੜਾਈ ਦੇਣੀ ਆ ਵੱਧ ਘੱਟ ਤੇ ਉੱਪਰਲੇ ਪਾਸੇ ਦੋ ਤਿੰਨ ਪੱਗ ਪੈਂ ਜਰੂਰ ਲਾਓ ਲੱਟ ਲਾਣੀ ਹੋਊਗਾ ਤੇ ਹੁਣ ਇਸ ਤੋਂ ਬਾਅਦ ਜਿਹੜੀ ਵਾਰੀ ਆਉਂਦੀ ਆ ਕਿ ਆਪਣੇ ਜਿਹੜੇ ਲੜਨੇ ਜਿਹੜੇ ਆਪਣੇ ਪੇਜ ਨੇ ਉਹਨਾਂ ਨੂੰ ਆਪਾਂ 3D ਕਰਨਾ ਜੋ ਪਹਿਲਾਂ ਵੀਡੀਓ ਚ ਦੱਸਿਆ ਸੋ ਇੱਕ ਦੇ ਨਾਲ ਇੱਕ ਹੋਰ ਗੱਲ ਦੱਸਾਂ ਕਿ ਜਿਹੜੇ ਵੀਰ ਵੀਡੀਓ ਵੇਖਦੇ ਆ ਜੀ ਤੇ ਜਿਹੜੇ ਵੀਰ ਤਾਂ ਪ੍ਰੈਕਟਿਸ ਕਰਦੇ ਆ ਉਹਨਾਂ ਦੇ ਬਹੁਤ ਵਧੀਆ ਰਿਜ਼ਲਟ ਆਉਂਦੇ ਪੱਗ ਇੰਪਰੂਵ ਹੁੰਦੀ ਆ ਸੋ ਕਲੀ ਵੀਡੀਓ ਵੇਖ ਕੇ ਛੱਡਿਆ ਨਾ ਕਰੋ ਉਤੀ ਤੁਸੀਂ ਪ੍ਰੈਕਟਿਸ ਕਰਿਆ ਕਰੋ ਜਿਹੜੀ ਗੱਲ ਨਹੀਂ ਪਤਾ ਲੱਗਦੀ ਹੁੰਦੀ ਆਪਣਾ ਹਨਾ ਈਵਨਿੰਗ ਦਾ ਲਾਈਵ ਹੁੰਦਾ ਉਹ ਚ ਜ਼ਰੂਰ ਕੁਐਸਚਨਿੰਗ ਕਰਿਆ ਕਰੋ ਜਾਂ ਕਿਸੇ ਵੀਡੀਓ ਥੱਲੇ ਕਮੈਂਟ ਕਰਕੇ ਜਿਹੜੀ ਕੁਝ ਗੱਲ ਦਾ ਨਹੀਂ ਪਤਾ ਲੱਗਦਾ ਉਹ ਜ਼ਰੂਰ ਪੁੱਛਿਆ ਕਰੋ ਤੇ ਵੀਡੀਓ ਅਗਰ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਿਹੜਾ ਉਹ ਦਬਾ ਦਿਓ ਸੋ ਹੁਣ ਲਾਸਟ ਟੱਚ ਜਿਹੜੀ ਪਹਿਲਾਂ ਦੱਸਿਆ ਸੀ ਕਿ 3D ਦੀ ਆ ਸ਼ੇਪ ਆ ਜਿਹੜੀ ਮਤਲਬ ਨਾਰਮਲ ਸਫਾਈ ਦੀ ਪੱਗ ਦੀ ਆ ਸੋ ਹੁਣ ਅਗਰ ਆਪਾਂ ਇਹਨੂੰ ਥੋੜਾ ਜਿਹਾ 3D ਟੱਚ ਦੰਨੇ ਆ ਦੇਖ ਉੱਪਰ ਵਾਲੇ ਲੜਾਂ ਨੂੰ ਥੋੜਾ ਥੋੜਾ ਦਿੱਤਾ ਸੋ ਉੱਪਰੋਂ ਸਟਾਰਟ ਕਰ ਲੈਣਾ ਸਿੰਪਲ ਕਰਨਾ ਕਿ ਪਿੰਚ ਕਰਨਾ ਲੜ ਨੂੰ ਚੁੰਡੀ ਵੜਦੇ ਨਾ ਜਿੱਦਾਂ ਆਪਾਂ ਉਸ ਤਰੀਕੇ ਨਾਲ ਬਸ ਇਸ ਦੇ ਇਸ ਦਾ ਕਰਕੇ ਲਾਸਟ ਤੱਕ ਕਰ ਦੇਣਾ ਕੱਲੇ ਕੱਲੇ ਲੜ ਨੂੰ ਇਹਦੇ ਨਾਲ 3D ਹੋਣਗੇ ਹੋਰ ਜ਼ਿਆਦਾ ਲੁੱਕ ਅਟਰੈਕਟਿਵ ਲੱਗੂਗੀ ਅਗਰ ਇਹਨੂੰ ਤੁਸੀਂ ਅਗਰ ਕੋਈ ਵੀ ਰਾਈ ਨਹੀਂ ਵੀ ਪਸੰਦ ਕਰਦਾ ਸਿੰਪਲ ਰੱਖ ਸਕਦੇ ਹੋ ਸੋ ਜਿਹੜੇ ਵੀ 3D ਕਰਨਾ ਚਾਹੁੰਦੇ ਤਾਂ ਇਹ ਵਾਲਾ ਸਟੈਪ ਜਿਹੜਾ ਜ਼ਰੂਰ ਤੁਸੀਂ ਟਰਾਈ ਕਰਿਓ ਮਿਲਦੇ ਆਂ ਦੀ ਅਗਲੀ ਵੀਡੀਓ ਚ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਦਬਾ ਲਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ